ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਖਡੂਰ ਸਾਹਿਬ ਹਲਕੇ ਦੀ ਸੰਗਤ ਸਪੋਰਟਰ ਅਤੇ ਜਿੰਨੇ ਵੀ ਮਤਲਬ ਨੌਜਵਾਨ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਕਿਉਂਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ, ਆਪਣਾ ਫਰਜ਼ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ, ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ। ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਆ ਇਸੇ ਮੁੱਦੇ ਤੇ ਲੜੀ ਆ ਵੀ ਅਸੀਂ ਬੰਦੀ ਸਿੰਘਾਂ ਨੂੰ ਵਿਆਹ ਕਰਾਉਣਾ ਤੇ ਅੰਮ੍ਰਿਤਪਾਲ ਨੂੰ ਵਿਆਹ ਕਰਾਉਣਾ। ਲੋਕਾਂ ਨੇ ਬਹੁਤ ਵੱਡਾ ਪੰਡਿਤ ਦਾ ਬਹੁਤ ਵੱਡਾ ਫਤਵਾ ਦਿੱਤਾ, ਪੰਜਾਬ ਚੋਂ ਪਹਿਲੇ ਨੰਬਰ ਤੇ ਆ ਅਸੀਂ। ਠੀਕ ਹੈ, ਹੁਣ ਡੈਮੋਕਰੇਸੀ ਦੱਸੂਗੀ, ਸੰਵਿਧਾਨ ਦੱਸੂਗਾ, ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ। ਸਾਡਾ ਕੰਮ ਜਿਹੜਾ ਅਸੀਂ ਡਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ, ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ, ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਏ ਸਟੈਪ ਹੀ ਹੋਊਗਾ। ਮੈਂ ਕਿਤੇ ਅਮਿਤ ਦਾ ਬਿਆਨ ਆ ਚੁੱਕਾ ਕਿ ਦੇਖ ਐਸ ਸਿੰਘ ਤੇ ਕਾਤਿਆਂ ਨੂੰ ਛੱਡਿਆ ਹੀ ਨਾ ਉਹ ਤੋਂ ਲੜੂ ਤਿਆੜੇ ਦੇ ਵਿੱਚ ਕਿਤੇ ਦੇ ਬਿਆਨ ਦੇ ਦਿੱਤਾ। ਨਹੀਂ ਉਹ ਤੇ ਪ੍ਰਾਂ ਬਿਆਨ ਹੈ ਉਹਦਾ, ਹੁਣ ਸਮੇਂ ਸਹੀ ਨਹੀਂ ਹੈ, ਉਹ ਸਟੈਪ ਨਹੀਂ ਹੈਗਾ। ਅਮਿਤ ਸ਼ਾਹ ਕੋਈ ਸੰਵਿਧਾਨ ਨਹੀਂ ਹੈਗਾ, ਅਮਿਤ ਸ਼ਾਹ ਕੋਈ ਕਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਆ। ਉਹ ਡੈਮੋਕਰੇਸੀ ਦੇ ਵਿੱਚ ਜੋ ਵੀ ਹੋਊਗਾ ਸੰਵਿਧਾਨ ਅਨੁਸਾਰ, ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮੁਤਾਬਕ ਉਹਨੇ ਛੁੱਟ ਜਾਣਾ। ਅਸੀਂ ਪਹਿਲਾਂ ਵੀ ਪੋਜ਼ਿਟਿਵ ਸੀ, ਅਸੀਂ ਅੱਜ ਵੀ ਪੋਜ਼ਿਟਿਵ ਹਾਂ। ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ, ਅਸੀਂ ਪੋਜ਼ਿਟਿਵ ਸੀ, ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ, ਸਭ ਕੁਛ ਹੋਊਗਾ। ਸਾਡੇ ਕੋਲ ਵੀ ਬੜੇ ਕੈਪੇਬਲ ਵਕੀਲ ਹੈ, ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਕੋਈ ਸਾਡੇ ਕੋਲ ਬੱਸੋਂ ਬਾਹਰ ਜਾਊਗੀ ਤੇ ਪਬਲਿਕ ਜਿਹਨਾਂ ਨੇ ਇੰਨਾ ਵੱਡਾ ਸਾਨੂੰ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਸੰਘਰਸ਼ ਵੀ ਵੰਡ ਸਕਦੇ ਹਾਂ। ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਹੈ ਤੇ, ਪਰ ਇਹ ਆ ਵੀ ਸਾਡੇ ਪਹੁੰਚ ਗਏ ਵਾ। ਸਾਨੂੰ ਲੱਗਦਾ ਵੀ ਰਾਮ ਨਾਲ ਹੀ ਅੰਮ੍ਰਿਤਪਾਲ ਨੇ ਬਾਹਰ ਆ ਜਾਣਾ। ਨਹੀਂ ਨਹੀਂ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ, ਅਸੀਂ ਤਾਂ ਵੇਖਦੇ ਹਾਂ। ਅਸੀਂ ਪੋਜ਼ਿਟਿਵ ਹਾਂ, ਅਸੀਂ ਤਾਂ ਕਹਿੰਦੇ ਹਾਂ ਵੀ ਛੁੱਟ ਜਾਣਾ ਅੰਮ੍ਰਿਤਪਾਲ ਨੇ, ਸਮਝ ਕੌਣੀ ਹੋਈ ਦੇ ਅੰਮ੍ਰਿਤਪਾਲ ਕਿਵੇਂ ਹੋਊਗਾ ਸੰਸਦ। ਅਸੀਂ ਇੰਨੇ ਪੋਜ਼ਿਟਿਵ ਹਾਂ, ਅਸੀਂ ਨੈਗੇਟਿਵ ਹੈ ਨਹੀਂ। ਨਹੀਂ ਜੀ, ਮੈਂ ਤੇ ਪਹਿਲੇ ਦਿਨ ਕਿਹਾ ਮੈਨੂੰ ਕੋਈ ਹਲਾਲ ਤੇ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ ਸੀ ਦਿੱਤੀ, ਘੱਟ ਗੁਲਤੀ ਸੀ, ਕਿਤੇ ਬਹੁਤ ਸੀ ਪਰ ਘੱਟ ਗੁਲਤੀ ਸੀ। ਉਹਦੀ ਵਜ੍ਹਾ ਲੋਕ ਨਹੀਂ ਹੈ, ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਕੌਰ ਨੂੰ ਪੈਰਲ ਲਿਆ ਕੇ ਕਰਾ ਦਿੱਤਾ, ਵੋਟ ਵੰਡੀ ਗਈ ਤੇ ਉਹ ਹੀ ਵੋਟ ਜੇ ਇਕੱਠੀ ਕਰ ਲਓ ਪਲੱਸ ਕਰ ਲਓ ਤਾਂ ਫਿਰ ਮੈਂ ਮੇਰਾ ਖਿਆਲ ਹੈ ਉਹ ਅਸੀਂ ਜਾਂ ਬੀਬੀ ਜਿੱਤ ਸਕਦੀ ਸੀ ਜਾਂ ਮੈਂ ਜਿੱਤ ਨਹੀਂ। ਉਹ ਤਜਰਬਾ ਕਰ ਰਹੇ ਆ, ਉਹਨਾਂ ਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਉਹਨੂੰ ਫਤਵਾ ਦੇ ਦਿੱਤਾ। ਪਹਿਲੀ ਵਾਰ ਵੀ ਤਾਂ ਬੀਬੀ ਜੀ ਹਾਰੇ ਸੀ, ਹੁਣ ਵੀ ਵਿਰਸਾ ਸਿੰਘ ਮੇਰਾ ਖਿਆਲ 5ਵੇਂ ਨੰਬਰ ਤੇ ਆ, 5ਵੇਂ ਨੰਬਰ ਤੇ ਆ। ਅਸੀਂ ਉਹਨਾਂ ਨੂੰ ਅਗਾਹ ਵੀ ਕਰ ਰਹੇ ਸੀਗੇ
ਵੀ ਇਵੇਂ ਕੰਧ 'ਚ ਮੰਡੀਆਂ ਨਹੀਂ ਪੈਣੀਆਂ ਚਾਹੀਦੀਆਂ। ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਵੇਲਾ ਹੈ, ਸਾਨੂੰ ਲੋੜ ਹੈ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਅਸੀਂ ਕਿਸੇ ਵਿਸ਼ੇ 'ਤੇ, ਅਸੀਂ ਕਿਸੇ ਸਬਜੈਕਟ 'ਤੇ ਚੋਣ ਲੜ ਰਹੇ ਹਾਂ? ਅਸੀਂ ਚੋਣ ਇਵੇਂ ਥੋੜ੍ਹੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ, ਨਾਲੀਆਂ ਬਣਾ ਦੇਵਾਂਗੇ। ਅਸੀਂ ਤਾਂ ਲੜ ਰਹੇ ਹਾਂ, ਸਾਡੇ ਬੱਚੇ ਤੁਸੀਂ ਚੁੱਕ ਚੁੱਕ ਕੇ ਸਾਨੂੰ ਸੁੱਟੀ ਜਾਂਦੇ ਹਾਂ। ਸਾਡੇ ਕੋਲ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ, ਅਸੀਂ ਇਸ਼ੂ ਨੂੰ ਲੈ ਕੇ ਲੜੇ ਹਾਂ। ਧੰਨ ਭਾਗ ਆ ਸਾਡੇ, ਧੰਨ ਭਾਗ ਆ ਉਹ ਪਰਮਾਤਮਾ ਦੇ, ਧੰਨ ਭਾਗ ਆ ਸੰਗਤ ਦੇ। ਸੰਗਤ ਨੇ ਸਾਡਾ ਸਾਥ ਦਿੱਤਾ, ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ, ਅਤੇ ਅਸੀਂ ਤਾਂ ਆਜ਼ਾਦ ਹੀ ਲੜੇ ਹਾਂ। ਇਹ ਬੜੀ ਵੱਡੀ ਗੱਲ ਮਤਲਬ ਜਿਵੇਂ ਤੁਹਾਨੂੰ ਯਕੀਨ ਆ ਕੇ ਸਹੁੰ ਤੱਕ ਸਮਾਗਮ 'ਚ ਭਾਈ ਸਾਹਿਬ ਉਹਨਾਂ ਨੂੰ ਉੱਥੇ ਲੈ ਕੇ ਜਾਣਗੇ ਜਾਂ ਖੇਡਦੇ ਜਾਂ ਜੇਕਰ ਅਜਿਹਾ ਨਾ ਨਹੀਂ ਮੈਂ ਤਾਂ ਰਣਨੀਤੀ ਕੀ ਤੈਅ ਹੋਏਗੀ, ਕੀ ਹੋਏਗਾ ਅੱਗੇ? ਮੇਰੀ ਗੱਲ ਸੁਣੋ, ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਬਹੁਤ ਪੋਜ਼ਿਟਿਵ ਆ, ਸਾਨੂੰ ਲੱਗਦਾ ਮੁਤਾਬਕ ਹੈ। ਜਦੋਂ ਬੰਦਾ ਜਿੱਤ ਜਾਂਦਾ, ਮਾਨ ਸਾਹਿਬ 89 'ਚ ਦਿੱਤੇ ਸੀ ਨਾ ਸਿਮਰਨਜੀਤ ਸਿੰਘ ਮਾਨ ਤੋਂ, ਉਹਨਾਂ ਨੇ ਜਾ ਕੇ ਸਾਨੂੰ ਚੱਕ ਲਈ ਸੀ, ਅਤੇ ਅਸੀਂ ਵੀ ਇਹ ਪੋਜ਼ਿਟਿਵ ਹਾਂ, ਅਸੀਂ ਨਹੀਂ ਹੈਗੇ ਬਾਈ ਚਾਂਸ ਕੁਛ ਹੁੰਦਾ ਉਹ ਫਿਰ ਅਸੀਂ ਵੇਖਵਾਂਗੇ ਕੀ ਕਰਨਾ। ਅਸੀਂ ਅੱਜ ਦਾ ਅਸੀਂ ਕੋਈ ਪ੍ਰੋਗਰਾਮ ਨਹੀਂ ਦੇਣਾ, ਜੇ ਕੀਤਾ ਕਿ ਇੰਨੇ ਲੱਖ ਸਾਡਾ ਬਿਲਕੁਲ। ਅਸੀਂ ਸਿੰਘ ਸਾਹਿਬ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਸਾਰਿਆਂ ਨੂੰ ਰੋਕ ਬੀਤੀ ਕਿਹਾ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਣ, ਅਤੇ ਅਸੀਂ ਅਕਾਲ ਤਖ਼ਤ ਨੂੰ ਸਮਰਪਿਤ ਨਹੀਂ, ਅਸੀਂ ਬਿਲਕੁਲ ਵੀ ਕੋਈ ਜਸ਼ਨ, ਕੋਈ ਢੋਲ ਢਮੱਕਾ ਕੁਛ ਨਹੀਂ ਕਰਾਂਗੇ। ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੁਛ ਅਸੀਂ ਕਰ ਸਕਦੇ ਹਾਂ। ਇਹਨਾਂ ਨੇ ਘਰ 'ਚ ਅਖੰਡ ਪਾਠ ਰੱਖੇ ਹੋਏ ਆ, ਅਤੇ ਉਹ ਅਸੀਂ ਬੜੀ ਮਰਿਆਦਾ ਦੇ ਨਾਲ ਚਾਹੁੰਦੇ ਹਾਂ ਵੀ ਸਿਰੇ ਲੱਗਣ, ਅਤੇ ਸੰਗਤਾਂ ਨੂੰ ਵੀ ਬੇਨਤੀ ਆ, ਬੱਚਿਆਂ 'ਚ ਬਹੁਤ ਉਤਸ਼ਾਹ, ਇਹਨਾਂ ਨੇ ਬਹੁਤ ਮਿਹਨਤ ਕੀਤੀ ਆ, ਕੋਈ ਨਹੀਂ ਜੇ ਸਾਡਾ ਘੱਲੂਗਾ ਰਾਸਤਾ ਜਦੋਂ ਲੰਘ ਜੂਗਾ, ਅਤੇ ਅਸੀਂ ਉਦੋਂ ਪਰਮਿਸ਼ਨ ਨਾਲ, ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਹਾਂ, ਅਸੀਂ ਵੀ ਮਨਾਵਾਂਗੇ। ਧੰਨਵਾਦ ਜੀ, ਓਕੇ ਜੀ। ਆਪਾਂ ਕਿਹਾ ਜੀ ਕ੍ਰਾਈਮ ਤੋਂ ਬਿਨਾਂ ਬੰਦੇ ਜੇਲ੍ਹ 'ਚ ਰੱਖੇ ਹੋਏ ਨੇ, ਤਾਂ ਜਦੋਂ ਪਰਚਾ ਦਰਜ ਹੈ ਨਹੀਂ, ਜਾਂ ਤਾਂ ਹੋਵੇ ਨਾ ਪਰਚਾ ਦਰਜ ਹੈ 302 ਹੈ 307 ਆ, ਫਿਰ ਤਾਂ ਕਹੀਏ ਜੀ ਐਵੀਡੈਂਸ ਆਉਣੀ ਹੈ। ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ, ਅਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ 'ਚ, ਭਾਵੇਂ 2-4 ਦਿਨ 'ਚ ਬੰਦਾ ਬਾਹਰ ਆ ਜੀ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ। ਸਰਕਾਰ ਅੱਜ ਰਾਤ ਤੀਕਰ ਹੀ ਹਟਾ ਸਕਦੀ ਹੈ, ਕੋਈ ਪ੍ਰੋਬਲਮ ਨਹੀਂ। ਸਰਕਾਰ ਦੇ ਅੰਦਰ ਬੜੀ ਜਦੋ ਜਹਿਦ ਚੱਲ ਰਹੀ ਹੈ, ਰਾਤ ਤੀਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ, ਅਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਇਕੱਲੇ ਇਕੱਲੇ ਬੰਦੇ ਦੀ ਵੈਲਿਊ ਹੈ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ, ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ। ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ MP ਪੰਜਾਬ ਦੇ ਅੰਦਰ 1,85,000 ਦੀ ਵੋਟ ਤੋਂ ਉੱਪਰ ਜਿੱਤ ਰਿਹਾ, 9 MLA ਨੇ, ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ, ਇਹਦਾ ਰੀਜ਼ਨ ਦੱਸੋ। ਇਹ ਅਮੈਰੀਕਾ ਦੀ ਪਾਰਲੀਮੈਂਟ ਤੀਕਰ ਕੁਐਸਚਨ ਪੁੱਛੇ ਜਾਣੇ ਨੇ। ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ 1.5 ਸਾਲ ਪਹਿਲਾਂ ਅੱਤਵਾਦੀ ਅਤੇ ਵੱਖਵਾਦੀ ਕਹਿ ਰਹੇ ਹਾਂ, ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ। ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ, ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ 'ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ। ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਰੋੜਾਂ ਦੀ ਗਿਣਤੀ 'ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ, ਲੋਕਾਂ ਨੇ ਜਿਤਾਤਾ। ਉਹ ਤਾਂ ਅੱਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ, ਤੁਹਾਡੀ ਸੋਚ ਅੱਤਵਾਦੀ ਅਤੇ ਵੱਖਵਾਦੀ ਦੀ ਸੀ। ਸੋ ਇੱਥੇ ਮੁਸਲਮਾਨ, ਹਿੰਦੂ ਭਰਾਵਾਂ ਨੇ, ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇੰਨੀ ਲੀਡ ਵਧਾਈ ਹੈ, ਮੇਰੇ ਦੇਖਣ 'ਚ ਸਰਕਾਰ ਨੂੰ ਹੁਣ ਆਪਦਾ ਉੱਥੇ ਰਿਜ਼ਾਇਨ ਦੇਣਾ ਚਾਹੀਦਾ, CM ਨੂੰ ਰਿਜ਼ਾਇਨ ਦੇ ਕੇ ਆਪਦੀ ਮਾਫ਼ੀ ਮੰਗਣੀ ਚਾਹੀਦੀ ਹੈ।